ਅਕਸਰ ਹੀ ਕੁਝ ਲੋਕ ਬੇਸਹਾਰਾ ਪਸ਼ੂਆਂ ਨੂੰ ਪੱਕੀ ਨਹਿਰ 'ਚ ਛੱਡ ਦਿੰਦੇ ਨੇ। ਅਜਿਹਾ ਹੀ ਮਾਮਲਾ ਅੱਜ ਸਾਹਮਣੇ ਆਇਆ ਗੁਰਾਇਆ ਤੋਂ, ਤੇ ਜਦੋਂ ਇਸ ਬਾਰੇ ਸ਼ਿਵ ਸੈਨਾ ਅਖੰਡ ਭਾਰਤ ਦੇ ਮੈਂਬਰਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੀ ਟੀਮ ਦੇ ਨਾਲ ਨਹਿਰ ਤੇ ਪਹੁੰਚਦੇ ਨੇ ਤੇ ਇਸ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕਰਦੇ ਨੇ। ਜਿਸ ਤੋਂ ਬਾਅਦ ਨਗਰ ਕੌਂਸਲ ਗੁਰਾਇਆ ਦੀ ਟੀਮ, ਨਹਿਰੀ ਵਿਭਾਗ ਅਤੇ ਪਿੰਡ ਵਾਸੀ ਨਹਿਰ ਤੇ ਪਹੁੰਚਦੇ ਨੇ। ਇਸ ਦੌਰਾਨ ਦੇਖਿਆ ਜਾਂਦਾ ਹੈ ਤਾਂ ਨਹਿਰ ਦੇ ਵਿੱਚ 9 ਪਸ਼ੂ ਛੱਡੇ ਹੋਏ ਸੀ ਜੋ ਕਿ ਬਾਹਰ ਨਿਕਲਣ ਦੇ ਵਿੱਚ ਅਸਮਰਥ ਸੀ। ਇਸ ਦੌਰਾਨ ਰਾਹਗੀਰ ਹਰੀਸ਼ ਬਾਵਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਹਿਰ 'ਚ ਕਾਫੀ ਪਾਣੀ ਹੋਣ ਤੇ ਵੀ ਇੱਕ ਗਾਂ ਨੂੰ ਪਾਣੀ ਦੇ ਵਿੱਚ ਛੱਡ ਦਿੱਤਾ ਗਿਆ ਸੀ ਜਿਸ ਨੂੰ ਨੌਜਵਾਨਾਂ ਨੇ ਬਾਹਰ ਕੱਢ ਲਿਆ ਸੀ ਤੇ ਅੱਜ ਫਿਰ ਅਜਿਹਾ ਹੀ ਕੀਤਾ ਗਿਆ। ਇਸ ਸੰਬੰਧੀ ਸ਼ਿਵ ਸੈਨਾ ਅਖੰਡ ਭਾਰਤ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੇ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਜਲੰਧਰ ਦੇ ਧਿਆਨ ਦੇ ਵਿੱਚ ਲਿਆਂਦਾ ਹੈ। ਉਹ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਤਿਆਚਾਰ ਕਰਨ ਵਾਲਿਆਂ ਤੇ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ। ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ 'ਚ ਛੱਡਿਆ ਜਾਵੇ ਅਤੇ ਪੱਕੀਆਂ ਨਹਿਰਾਂ ਦੇ ਵਿੱਚ ਕੋਈ ਜਗ੍ਹਾ ਚੁਣੀ ਜਾਵੇ ਜਿੱਥੇ ਰਸਤਾ ਬਣਾਇਆ ਜਾਵੇ ਤਾਂ ਜੋ ਨਹਿਰ 'ਚ ਛੱਡੇ ਗਏ ਪਸ਼ੂ ਬਾਹਰ ਕੱਢੇ ਜਾ ਸਕਣ। ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਰੁੜਕੇ ਵਾਲੀ ਨਹਿਰ ਦੇ ਵਿੱਚ ਪੁਲੀ ਟਾਈਟ ਹੋਣ ਕਰਕੇ ਅੱਗੇ ਜਾਨਵਰ ਨਹੀਂ ਨਿਕਲ ਸਕਦੇ। ਉਹਦੇ ਵਿੱਚ 9 ਜਿਹੜੇ ਮੈਂਬਰ ਸੀਗੇ, ਗਾਈਆਂ ਔਰ ਵੱਛੇ ਐਨੀਮਲ, ਉਹਨਾਂ ਨੂੰ ਅਸੀਂ ਕੱਢਣ ਦਾ ਉਪਰਾਲਾ ਕੀਤਾ, ਜਿਹਦੇ ਨਾਲ ਅਸੀਂ EO ਸਾਹਿਬ ਨਾਲ ਵੀ ਗੱਲ ਕੀਤੀ ਔਰ ਨਹਿਰੀ ਵਿਭਾਗ ਦੇ SDO ਸਾਹਿਬ ਨਾਲ ਵੀ ਗੱਲ ਕੀਤੀ ਔਰ ਉਹਨਾਂ ਨੂੰ ਇਹ ਵੀ ਕਿਹਾ ਵੀ ਜਾਨਵਰਾਂ ਨੂੰ ਵਿੱਚੋਂ ਨਿਕਲਣ ਲਈ ਕੋਈ ਰਸਤਾ ਹੋਣਾ ਚਾਹੀਦਾ। ਲੇਕਿਨ ਉਹਨਾਂ ਨੇ ਵਿਸ਼ਵਾਸ ਦਵਾਇਆ ਸਾਨੂੰ ਕਿ ਅਸੀਂ ਇਹ ਰਸਤਾ ਬਣਾਵਾਂਗੇ। ਸ਼ਿਵ ਸੈਨਾ ਵਾਲੇ, ਅਖੰਡ ਭਾਰਤ ਵਾਲੇ ਜਿਹੜੇ, ਕੱਲ੍ਹ ਨੂੰ ਉਹਨਾਂ ਨੇ ਟਾਈਮ ਦਿੱਤਾ ਸਾਨੂੰ ਵੀ ਅਸੀਂ ਇਕੱਠੇ ਹੋਵਾਂਗੇ ਔਰ ਇਕੱਠੇ ਹੋ ਕੇ ਇਹਦਾ ਕੋਈ ਨਾ ਕੋਈ ਹੱਲ ਕੱਢਾਂਗੇ। ਪਰ ਇਹ 9 ਇੱਕ ਬਲਾਈਂਡ ਮਰਡਰ ਹੋ ਜਾਣਾ ਸੀ ਐਨੀਮਲ ਦਾ, ਜਿਹਦੇ ਲਈ ਅਸੀਂ ਤਕਰੀਬਨ ਸਵੇਰੇ 10 ਵਜੇ ਤੋਂ ਲੈ ਕੇ ਹੁਣ 7 ਦੇ ਕਰੀਬ ਟਾਈਮ ਹੋ ਚੱਲਿਆ, ਹਾਲੇ ਵੀ 2 ਐਨੀਮਲ ਨਹਿਰ ਦੇ ਵਿੱਚ ਆ, ਪਾਣੀ ਦੇ ਵਿੱਚ ਆ। ਔਰ ਅਸੀਂ ਇਸ ਵੇਲੇ ਐਕਸੀਅਨ ਸਾਹਿਬ ਦਾ, SDO ਨਹਿਰੀ ਵਿਭਾਗ ਦਾ, ਕੁਝ ਪਿੰਡ ਵਾਲੇ ਪਤਵੰਤੇ ਸੱਜਣ, ਕੁਝ ਸਾਰਾ ਸਟਾਫ ਔਰ ਸਾਡੇ ਸ਼ਿਵ ਸੈਨਾ ਦੇ ਹਰਜਿੰਦਰ ਬਿੱਲਾ ਜੀ, ਮੇਰੇ ਨਾਲ ਗੁਰਦੀਪ ਸਿੰਘ ਜੀ ਬਿੱਟੂ ਜੀ, ਮੇਰੇ ਨਾਲ ਗੁਰਵਿੰਦਰ ਜੀ, ਜੱਸਾ ਜੀ, ਸਰੂਪ ਕੁਮਾਰ ਜੀ, ਜਿਹੜੇ ਹੈਗੇ AC ਡਿਪਾਰਟਮੈਂਟ ਤੋਂ, ਸਰਕਾਰੀ ਡਿਪਾਰਟਮੈਂਟ ਤੋਂ ਠੇਕੇ 'ਤੇ ਨੇ ਜਾਂ ਕਿਸੇ ਵੀ ਤਰ੍ਹਾਂ ਨੇ, ਉਹ ਆਪਣਾ ਸਹਿਯੋਗ ਲਾ ਕੇ, JCB ਲਾ ਕੇ, ਟਰਾਲੀਆਂ ਲਾ ਕੇ ਇਹਨਾਂ ਐਨੀਮਲਸ ਨੂੰ ਵਿੱਚੋਂ ਕੱਢਿਆ। ਔਰ ਅਸੀਂ ਅਖੀਰ ਦੇ ਵਿੱਚ ਪ੍ਰੈਸ ਦਾ, ਪਿੰਡ ਵਾਲਿਆਂ ਦਾ ਔਰ SDO ਸਾਹਿਬ ਦਾ ਔਰ EO ਸਾਹਿਬ ਦਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਆਪਣੀ ਲੇਬਰ ਲਾ ਕੇ, ਫੋਰਸ ਲਾ ਕੇ, JCB ਲਾ ਕੇ, ਜਿਸ ਵੀ ਤਰ੍ਹਾਂ ਇਹਨਾਂ ਨੂੰ ਐਨੀਮਲਸ ਨੂੰ ਕੱਢਿਆ। ਲੇਕਿਨ ਅਸੀਂ ਇੱਕ ਮੰਗ ਵੀ ਕਰਦੇ ਹਾਂ, ਸ਼ਿਵ ਸੈਨਾ ਅਖੰਡ ਭਾਰਤ ਸੰਗਠਨ ਮੰਤਰੀ ਮੈਂ ਪੰਜਾਬ ਗੁਰਿੰਦਰ ਸਿੰਘ, ਅਸੀਂ ਇੱਕ ਮੰਗ ਵੀ ਕਰਦੇ ਹਾਂ ਕਿ ਇੱਥੇ ਦੂਜੀ ਤੀਜੀ ਵਾਰੀ ਜਾਨਵਰ ਜਿਹੜੇ ਆ ਉਹ ਇਸ ਨਹਿਰ 'ਚ ਸੁੱਟੇ ਗਏ ਨੇ। 2 ਵਾਰੀ ਅਸੀਂ ਅੱਗੇ ਵੀ ਕੱਢ ਚੁੱਕੇ ਸੀ, ਰੌਲਾ ਨਹੀਂ ਪਾਇਆ, ਲੇਕਿਨ ਇਸ ਵਾਰੀ ਕੁਝ ਸੱਜਣ ਕੱਢਣ ਨਹੀਂ ਸੀ ਦਿੰਦੇ। ਇਸ ਕਰਕੇ ਅਸੀਂ SDO ਸਾਹਿਬ ਨੂੰ ਅਤੇ ਉਹਨਾਂ ਨੂੰ ਕਹਿੰਦੇ ਹਾਂ ਵੀ ਇਹਦੀ ਨਹਿਰ ਦੀ, ਹਰਿਆਣੇ ਦੀ ਤਰਜ਼ ਦੇ ਉੱਤੇ ਇੱਟਾਂ ਲਾ ਕੇ ਟੇਪਰ ਬਣਾ ਕੇ ਕਿ ਜਾਨਵਰ ਇਹਦੇ ਵਿੱਚੋਂ ਆਪਣੇ ਆਪ ਨਿਕਲ ਸਕੇ 2-3 ਜਗ੍ਹਾ 'ਤੇ, ਇਹ ਜਾਨਵਰ ਕੱਢਣ ਦੀ ਜਿਹੜੀ ਆ ਸਹੂਲਤ ਪ੍ਰਵਈਆ ਕਰਾਉਣ। ਔਰ ਅਸੀਂ ਵੀ ਜਿੰਨਾ ਸਹਿਯੋਗ ਆ ਉਹ ਉਹਨਾਂ ਨਾਲ ਕਰਾਂਗੇ। ਔਰ ਇੰਨਾ ਕਹਿੰਦਾ ਹੋਇਆ ਮੈਂ ਫਿਰ ਇੱਕ ਵਾਰੀ ਸ਼ਿਵ ਸੈਨਾ ਅਖੰਡ ਭਾਰਤ ਵੱਲੋਂ ਅਸੀਂ SDO ਸਾਹਿਬ ਨੂੰ ਮੇਲ ਸਾਰਾ ਕੁਝ ਕੀਤਾ, ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ, EO ਸਾਹਿਬ ਨੇ ਵੀ ਪਾਇਆ, ਪ੍ਰੈਸ ਨੇ ਵੀ ਪਾਇਆ ਔਰ ਇਹ ਤੁਹਾਡੇ ਸਾਹਮਣੇ 9 ਐਨੀਮਲ ਕੱਢ ਲਏ ਨੇ। ਇਹ ਜਿਹੜੇ ਆ ਹੁਣ ਗੁਰਾਇਆ ਕਿਸੇ ਜਗ੍ਹਾ 'ਤੇ ਇਹਨਾਂ ਨੂੰ ਲਿਜਾ ਕੇ ਡੰਪ ਕਰਨਗੇ ਅਤੇ ਇਸ ਤੋਂ ਬਾਅਦ ਅਗਲਾ ਇਹਨਾਂ ਦਾ ਕੀ ਹੈ, ਮੈਡੀਕਲ ਹੋਏਗਾ, ਕੀ ਹੋਏਗਾ, ਕਿਵੇਂ ਨਹੀਂ ਹੋਏਗਾ। ਲੇਕਿਨ ਇਹ ਜਿਹੜੇ ਨਹਿਰ 'ਚ ਜਾਨਵਰ ਘੇਰ ਕੇ ਸੁੱਟੇ ਜਾਂਦੇ ਆ, ਆਪਣੇ ਆਪ ਨਹੀਂ ਡਿੱਗਦੇ, ਇਹਨਾਂ ਦਾ ਪ੍ਰੋਪਰ ਹੱਲ ਕੀਤਾ ਜਾਵੇ ਤਾਂ ਕਿ ਕੋਈ ਐਨੀਮਲ ਮਰੇ ਨਾ। ਇੰਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਸਾਰਿਆਂ ਦਾ, ਸ਼ਿਵ ਸੈਨਾ ਅਖੰਡ ਭਾਰਤ ਵੱਲੋਂ।
ਮੈਂ ਸੰਗਠਨ ਮੰਤਰੀ ਹਰਜਿੰਦਰ ਸਿੰਘ ਬਿੱਲਾ ਜੀ, ਕੌਮੀ ਵਾਈਸ ਪ੍ਰਧਾਨ ਜੀ, ਮੇਰੇ ਨਾਲ ਗੁਰਦੀਪ ਸਿੰਘ ਬਿੱਟੂ ਜੀ, ਚੇਅਰਮੈਨ ਯੂਥ ਵਿੰਗ, ਰੂਪ ਕੁਮਾਰ ਜੀ, ਰੂਪੀ ਜੀ, ਗੁਰਵਿੰਦਰ ਜੀ ਮੇਰੇ ਨਾਲ, ਤੇ ਜੱਸਾ ਜੀ, ਰੂਪੀ ਜੀ ਕਹਿ ਤੁਸ ਬਾਈ, ਤੇ ਸਾਰੇ ਜਿਹੜੇ ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਲਾਇਆ। ਔਰ ਹਾਲੇ ਵੀ ਅਸੀਂ ਇੱਥੇ, ਮੈਨੂੰ ਲੱਗਦਾ ਵੀ ਸਾਨੂੰ 8 ਵੱਜ ਜਾਣਗੇ ਕਈ ਐਨੀਮਲ ਕੱਢਦਿਆਂ ਨੂੰ, ਇੰਨਾ ਕਹਿੰਦਾ ਹੋਇਆ। ਮੈਂ ਸਾਰੇ ਅਫਸਰ ਦਾ ਧੰਨਵਾਦ ਕਰਦਾ, ਪਰ ਫਿਰ ਵੀ ਨਾਲੇ ਮੰਗ ਵੀ ਕਰਦਾ ਵੀ ਐਨੀਮਲ ਨਿਕਲਣ ਲਈ ਕੁਛ ਕਰਿਆ ਜਾਵੇ। ਅਸੀਂ ਇਸ ਏਰੀਏ 'ਚ ਦੂਜੀ ਤੀਜੀ ਵਾਰੀ ਐਨੀਮਲ ਕੱਢੇ ਆ।